ਕਾਂਗਰਸ ਪਾਰਟੀ ਵੱਲੋਂ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਸ਼ਹਿਰ ਫਗਵਾੜਾ ਵਿਖੇ ਵਾਰਡ ਨੰਬਰ 15 ਵਿਖੇ ਗੁਰਜੀਤ ਪਾਲ ਵਾਲੀਆ ਡੈਲੀਗੇਟ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਪਰਮਜੀਤ ਕੌਰ ਵਾਲੀਆ ਅਤੇ ਹੋਰ ਵਾਰਡ ਨਿਵਾਸੀਆਂ ਵੱਲੋਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ MLA ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਹੱਲਾ ਆਲੂਵਾਲੀਆ ਵਿਖੇ ਮੈਡਮ ਯਾਮਨੀ ਗੋਮਰ ਉਮੀਦਵਾਰ ਕਾਂਗਰਸ ਪਾਰਟੀ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਹੱਕ ਦੇ ਵਿੱਚ ਵਿਸ਼ਾਲ ਮੀਟਿੰਗ ਰੱਖੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਅਮਰੀਕਾ ਤੋਂ ਆਏ ਸ਼੍ਰੀ ਬਲਵੀਰ ਰਾਜਾ ਸੋਢੀ ਜੀ ਨੇ ਵੀ ਕਾਂਗਰਸ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਲਈ ਸਾਰੇ ਮੁਹੱਲਾ ਵਾਸੀਆਂ ਨੂੰ ਪ੍ਰੇਰਿਤ ਕੀਤਾ ਅਤੇ ਅਪੀਲ ਕੀਤੀ ਕਿ ਕਾਂਗਰਸ ਪਾਰਟੀ ਜਿੱਤ ਕੇ ਆਏਗੀ ਇਸ ਵਾਰ। ਇਸ ਮੌਕੇ ਧਾਲੀਵਾਲ ਸਾਹਿਬ ਜੋ ਕਿ MLA ਫਗਵਾੜਾ ਨੇ, ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਕਾਂਗਰਸ ਵੱਲੋਂ ਹਾਈ ਕਮਾਂਡ ਵੱਲੋਂ 25 ਗਰੰਟੀਆਂ ਦਿੱਤੀਆਂ ਗਈਆਂ ਨੇ ਔਰ ਵੱਖੋ ਵੱਖ ਨਿਆਂ ਵੀ ਦਿੱਤੇ ਗਏ ਨੇ। ਹਰ ਵਰਗ ਵਾਸਤੇ ਕੋਈ ਨਾ ਕੋਈ ਨਿਆਂ ਹੈ, 25 ਨਿਆਂ ਦੀ ਵੀ ਪੇਸ਼ਕਸ਼ ਕੀਤੀ ਗਈ ਹੈ ਜੋ ਕਿ ਹਰ ਇੱਕ ਦੇਸ਼ ਵਾਸੀ ਲਈ ਇੱਕ ਉਮੀਦ ਦੀ ਕਿਰਨ ਹਨ, ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਹੀ ਸਹਾਇਕ ਹੋਣਗੇ। ਹਰ ਇੱਕ ਨੂੰ ਨਿਆਂ ਮਿਲੇਗਾ ਕਾਂਗਰਸ ਸਰਕਾਰ ਦੇ ਅਧੀਨ। ਇਸ ਕਰਕੇ ਤੁਸੀਂ ਸਭ ਪੰਜੇ 'ਤੇ ਨਿਸ਼ਾਨ 'ਤੇ ਬਟਨ ਦਬਾ ਕੇ ਮੈਡਮ ਯਾਮਨੀ ਗੋਮਰ ਨੂੰ ਲੋਕ ਸਭਾ ਵੱਲ ਭੇਜੋ ਤਾਂ ਕਿ ਉਹ ਤੁਹਾਡੇ ਆਵਾਜ਼ ਸੰਸਦ ਤੱਕ ਪਹੁੰਚਾ ਸਕੇ। ਉਹ ਮਹਿਲਾ ਲਈ ਗਰੰਟੀਆਂ ਵੀ ਪੂਰੀਆਂ ਕਰਵਾਉਣਗੇ, ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਵੀ ਮੁਹੱਈਆ ਕਰਵਾਉਣਗੇ ਔਰ ਬੇਰੁਜ਼ਗਾਰੀ ਖਤਮ ਹੋਏਗੀ, ਕਿਉਂਕਿ ਕਾਂਗਰਸ ਸਰਕਾਰ ਨੇ ਕਿਹਾ ਹੈ ਕਿ ਸਰਕਾਰ ਬੰਦਿਆਂ ਨਾਲ 30 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਲਈ ਉਪਰਾਲਾ ਕਰਨਗੇ ਮੈਡਮ ਵੀ ਤੁਹਾਡੇ ਵਾਸਤੇ। ਮੈਡਮ ਯਾਮਨੀ ਗੋਮਰ ਨੇ ਕਿਹਾ ਕਿ 5 ਦਾ ਬਟਨ ਦਬਾ ਕੇ ਸਾਨੂੰ ਲੋਕ ਸਭਾ ਭੇਜੋ ਤਾਂ ਕਿ ਅਸੀਂ ਤੁਹਾਡੀ ਆਵਾਜ਼ ਬਣ ਕੇ ਦਿੱਲੀ ਦੇ ਵਿੱਚ ਗੂੰਜੀਏ, ਤੁਹਾਨੂੰ ਸਭ ਨੂੰ ਸਹੂਲਤਾਂ ਦਵਾ ਸਕੀਏ। ਇਸ ਮੌਕੇ 'ਤੇ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ, ਯਾਮਨੀ ਗੋਮਰ ਜ਼ਿੰਦਾਬਾਦ ਦੇ ਨਾਗਰੇ ਲਗਾਏ ਗਏ, ਕਾਂਗਰਸ ਪਾਰਟੀ ਦੀ ਸਰਕਾਰ ਆ ਰਹੀ ਹੈ, ਇਸ ਦੇ ਕਾਫੀ ਨਾਅਰੇਬਾਜ਼ੀ ਹੋਈ ਤਾਂ ਸਭ ਨੂੰ ਇਹ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੂੰ ਜਿਤਾ ਕੇ ਸਰਕਾਰ ਬਣਾਈ ਜਾਵੇ ਕਾਂਗਰਸ ਦੀ ਸੈਂਟਰ ਦੇ ਵਿੱਚ। ਇਸ ਮੌਕੇ 'ਤੇ ਕਾਂਗਰਸ ਦੇ ਪਾਰਟੀ ਦੇ ਵੱਖ ਵੱਖ ਵਰਕਰ ਸ਼ਾਮਿਲ ਸਨ, ਜਿਨ੍ਹਾਂ ਦੇ ਅਸੀਂ ਕੁਛ ਨਾਮ ਲੈਣਾ ਚਾਹਾਂਗੇ। ਬਿੱਲਾ ਵਾਲੀਆ ਜੀ, ਜੋਗਿੰਦਰਪਾਲ ਸ਼ਰਮਾ ਜੀ, ਡਿੰਪੀ ਪ੍ਰਭਾਕਰ ਜੀ, ਜੋਗਾ ਬਿਲਗਾ ਜੀ, ਜਤਿੰਦਰ ਭਾਰਦਵਾਜ ਜੀ, ਵਿਪਨ ਭਾਰਦਵਾਜ ਜੀ, ਮਨਜੀਤ ਵਾਲੀਆ ਜੀ, ਵਿਜੇ ਕੁਮਾਰੀ ਜੀ, ਰਾਧਾ ਵਧਵਾ ਜੀ, ਚੰਚਲ ਬਿਲਗਾ ਜੀ, ਮੀਨੂ ਵਾਲੀਆ ਜੀ, ਵਿੱਕੀ ਵਾਲੀਆ ਜੀ, ਕਮਲ ਤਲਵਾਰ ਜੀ, ਰੇਨੂ, ਕਮਲਜੀਤ ਕੌਰ ਜੀ, ਸੋਨੂ ਕਨੋਜੀਆ ਜੀ, ਬਿੱਟੂ ਜੀ, ਅਵਤਾਰ ਸਿੰਘ ਲਾਲੀ ਜੀ, ਸੁਰੇਸ਼ ਭੰਡਾਰੀ ਜੀ, ਬਿੱਲਾ ਬਸਰਾ ਜੀ, ਸਤੀਸ਼ ਕੁਮਾਰ ਜੀ, ਸਿੰਮੀ ਵਾਲੀਆ ਜੀ, ਮਨਦੀਪ ਜੀ, ਮਨੀ ਜੀ, ਪੁਨੀਤ ਪ੍ਰਭਾਕਰ ਜੀ, ਗਗਨ ਤਲਵਾਰ ਜੀ ਆਦਿ ਹਾਜ਼ਰ ਸਨ। ਆਓ ਦੇਖਦੇ ਹਨ ਇਸ ਨੁੱਕਰ ਮੀਟਿੰਗ ਦੀਆਂ ਕੁਛ ਝਲਕੀਆਂ, ਕੁਛ ਬਿਆਨ ਜੋ ਅਲੱਗ ਅਲੱਗ ਅਹੁਦੇਦਾਰਾਂ ਵੱਲੋਂ ਦਿੱਤੇ ਗਏ, ਆਓ ਸੁਣੀਏ। ਬਹੁਤ ਘੱਟ ਬੋਲਾਂਗੀ ਕਿਉਂਕਿ ਟਾਈਮ ਸਿਰਫ ਇਸ ਲਈ ਘੱਟ ਨਹੀਂ ਹੈ ਕਿ ਅੱਗੇ ਮੀਟਿੰਗਾਂ ਹੋ ਰਹੀਆਂ, ਬਟ ਐਕਚੁਅਲੀ ਮੇਰੇ ਨਾਲ ਵਿਨੀਤਾ ਹੈ, ਉਹਨਾਂ ਦਾ ਬੇਟਾ ਥੋੜ੍ਹਾ ਬਿਮਾਰ ਹੋ ਗਿਆ ਅਤੇ ਉਹਨੂੰ ਹੋਸਪਿਟਲ 'ਚ ਐਡਮਿਟ ਕੀਤਾ ਅਤੇ ਮੈਨੂੰ ਵਾਰ ਵਾਰ ਟਾਈਮ 'ਤੇ ਕਹਿ ਰਹੇ, ਕਹਿੰਦੇ ਛੇਤੀ ਚਲੋ ਮੇਰਾ ਬੇਟਾ ਉੱਥੇ ਐਡਮਿਟ ਹੈ। ਅਤੇ ਸਿਰਫ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਸਾਰਿਆਂ ਦੇ ਲਈ ਕਿ ਵੋਟ ਅਸੀਂ ਸਾਰਿਆਂ ਦੇ ਕਾਂਗਰਸ ਨੂੰ ਪਾਉਣੀ ਹੈ, ਕਿਉਂਕਿ ਇਸ ਵਾਰ ਇਹ ਜਿਹੜੀਆਂ ਇਲੈਕਸ਼ਨਸ ਨੇ ਸਿਰਫ ਮੇਰੇ ਜਾਂ ਕਿਸੇ ਇੱਕ ਇਨਸਾਨ ਦੇ ਲਈ ਨਹੀਂ ਹੈ। ਇਸ ਵਾਰ ਇਹ ਇਲੈਕਸ਼ਨ ਸਾਡੇ ਦੇਸ਼ ਦੇ ਲਈ ਹੈ, ਸਾਡੇ ਸੰਵਿਧਾਨ ਨੂੰ ਬਚਾਉਣ ਦੇ ਲਈ ਹੈ, ਸਾਡੇ ਹੱਕਾਂ ਦੀ ਲੜਾਈ ਹੈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਕ ਬਚਣ ਤੇ ਸਾਨੂੰ ਇਸ ਵਾਰ ਸੈਂਟਰ ਦੇ ਵਿੱਚ ਕਾਂਗਰਸ ਨੂੰ ਲੈ ਕੇ ਹੀ ਆਉਣਾ ਪੈਣਾ ਤੇ ਕਾਂਗਰਸ ਲੜ ਰਹੀ ਹੈ, ਇਸ ਵਾਰ ਨਿਆਂ ਮੰਗ ਰਹੀ ਹੈ, ਇਸ ਵਾਰ ਮਹਿਲਾਵਾਂ ਦੇ ਲਈ,
ਆਪਣੇ ਦੇਸ਼ ਦੇ ਨੌਜਵਾਨਾਂ ਦੇ ਲਈ, ਆਪਣੇ ਦੇਸ਼ ਦੇ ਕਿਸਾਨਾਂ ਦੇ ਲਈ, ਆਪਣੇ ਦੇਸ਼ ਦੇ ਮਜ਼ਦੂਰ ਸ਼੍ਰਮਿਕਾਂ ਲਈ ਤੇ ਆਪਣੇ ਦੇਸ਼ ਦੇ ਹਰ ਇਨਸਾਨ ਦੇ ਹਿੱਸੇ ਦੇ ਲਈ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਕ ਸਾਨੂੰ ਮਿਲਣ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ, ਜੇ ਅਸੀਂ ਚਾਹੁੰਦੇ ਹਾਂ ਕਿ ਮਹਿੰਗਾਈ ਇੱਕ ਵਾਰ ਫਿਰ ਘੱਟ ਹੋਏ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸੰਵਿਧਾਨ ਜੀਵਨ ਜਿਹਨੇ ਸਾਨੂੰ ਬੇਸ਼ੁਮਾਰ ਹੱਕ ਦਿੱਤੇ, ਜੇ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰੀ ਫਿਰ ਦੇਸ਼ ਜਿਹਨੂੰ ਧਰਮ ਦੇ ਨਾਂ ਤੇ ਵੰਡਿਆ ਗਿਆ ਬੀਜੇਪੀ ਦੁਆਰਾ, ਉਹ ਇੱਕ ਵਾਰੀ ਫਿਰ ਇਕੱਠਾ ਹੋ ਜਾਏ, ਤੇ ਸਾਡੇ ਕੋਲ ਵਿਕਲ ਆਪਸ਼ਨ ਸਿਰਫ ਇੱਕੋ ਹੀ ਹੈ, ਉਹ ਹੈ ਕਾਂਗਰਸ। ਤੇ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇੱਕ ਇੱਕ ਵੋਟ ਇਸ ਵਾਰ ਕਾਂਗਰਸ ਨੂੰ ਪੋਲ ਕੀਤੀ ਜਾਏ, ਕਾਂਗਰਸ ਨੂੰ ਪਾਓ। ਮਤਦਾਨ ਕਹਿੰਦੇ ਆ ਵੋਟ ਪਾਉਣ ਨੂੰ, ਅਸੀਂ ਜਦੋਂ ਵੋਟ ਪਾਈ ਦੀ ਹੈ ਆਪਣੀ ਸੋਚ ਦਾ ਦਾਨ ਕਰਨਾ ਹੈ, ਤੇ ਇਸ ਵਾਰ ਜ਼ਰੂਰ ਅਸੀਂ ਵੋਟ ਪਾਉਣ, ਕਿਉਂਕਿ ਸਿਰਫ 6-7 ਦਿਨ ਰਹਿ ਗਏ ਬਸ, ਤੇ ਇਸ ਵਾਰ ਜ਼ਰੂਰ ਸੋਚ ਕੇ ਅਸੀਂ ਇਸ ਦਾਨ ਨੂੰ ਕਰਨਾ, ਸਾਡੇ ਮਨ ਮਤਦਾਨ ਨੂੰ ਕਰਨਾ, ਤਾਂ ਕਿ ਜਿੱਦਾਂ ਕਿ ਮੈਂ ਕਿਹਾ ਕਿ ਆਪਣੇ ਦੇਸ਼ ਤੇ ਆਪਣੇ ਬੱਚਿਆਂ ਨੂੰ ਬਚਾ ਸਕੀਏ। ਤੇ ਜ਼ਿਆਦਾ ਨਾ ਕਹਿੰਦੇ ਹੋਏ ਇੰਨਾ ਹੀ ਕਹੂੰਗੀ ਕਿ ਅਸੀਂ ਇੱਕ ਨਾਰਾ ਲਾਉਣਾ, ਠੀਕ ਹੈ ਜੀ, ਅਸੀਂ ਨਿਕਲੇ ਹਾਂ ਦੇਸ਼ ਦਾ ਮਾਹੌਲ ਬਦਲਣ ਦੇ ਲਈ, ਤੇ ਸਾਰੇ ਆਪਣਾ ਹੱਥ ਉੱਪਰ ਕਰ ਲੈਣਗੇ ਪਲੀਜ਼ ਇੱਕ ਵਾਰੀ, ਕਿਉਂਕਿ ਅਸੀਂ ਸਾਰਿਆਂ ਨੇ ਮਿਲ ਕੇ ਮਾਹੌਲ ਬਦਲਣਾ ਹੈ ਸਾਰੇ। ਮੈਂ ਨਾਰਾ ਲਾਉਂਗੀ ਹੱਥ ਬਦਲੇਗਾ ਹਾਲਾਤ, ਇਹ ਕਾਂਗਰਸ ਦਾ ਹੱਥ ਹੈ ਜਿਹਨੇ ਦੇਸ਼ ਦਾ ਹੁਣ ਹਾਲਾਤ ਜਿਹਨੇ ਬਦਲਨੇ ਆ, ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਹਾਲਾਤ ਬਦਲਣ। ਹੱਥ ਬਦਲੇਗਾ ਹਾਲਾਤ, ਸਾਡੇ ਸਰੂਪਾਨ ਪੜ੍ਹੇ ਲਿਖੇ ਲੋਕ ਸਭਾ ਦੇ ਉਮੀਦਵਾਰ ਮੈਡਮ ਜਾਮਨੀ ਗਰੋਵਰ ਜੀ, ਉਹਨਾਂ ਦੇ ਹੱਕ ਦੇ ਵਿੱਚ ਆਪਾਂ ਵੋਟਾਂ ਦਾ ਪਾਣੀ ਆ ਜਿਤਾਉਣਾ ਵੀ ਆ, ਇਹ ਦਾਅਵੇ ਨਾਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਅਗਰ ਇੱਕ ਆਵਾਜ਼ ਆ, ਅੱਜ ਆਵਾਜ਼ ਇਹੀ ਆ ਵੀ ਸਰਕਾਰ ਕਾਂਗਰਸ ਦੀ ਬਣੀ, ਇੰਡੀਆ ਗਠਬੰਧਨ ਦੀ ਸਰਕਾਰ ਬਣੀ ਆ। ਲੋਕ ਦੇਸ਼ ਦੇ ਵਿੱਚ ਇਸ ਭਾਜਪਾ ਦੀ ਸਰਕਾਰ ਤੋਂ, ਮੋਦੀ ਦੀ ਸਰਕਾਰ ਤੋਂ ਬੇਅੰਤ ਦੁਖੀ ਨੇ। ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਆ, ਲੋਕਤੰਤਰ ਨੂੰ ਬਦਲਣ ਦੀ ਕੋਸ਼ਿਸ਼ ਹੋ ਰਹੀ ਆ, ਡੈਮੋਕ੍ਰੇਸੀ ਖਤਰੇ ਦੇ ਵਿੱਚ ਆ। ਆਪਣਾ ਫਰਜ਼ ਬਣਦਾ ਇਹੋ ਜਿਹੇ ਸੂਝਵਾਨਾਂ ਨੂੰ ਅੱਗੇ ਲੈ ਕੇ ਜਾਈਏ ਜੋ ਸੰਸਦ ਦੇ ਵਿੱਚ ਬੜੇ ਲਿਖੇ ਨੇ, ਇਮਾਨਦਾਰ ਨੇ ਔਰ ਕਾਫੀ ਦੇਰ ਤੋਂ ਸਮਾਜ ਦੇ ਵਿੱਚ ਔਰ ਪਾਰਟੀ ਦੇ ਲਈ, ਪਾਰਟੀ ਦੇ ਹਿੱਤ ਦੇ ਵਿੱਚ ਕੰਮ ਕਰਦੇ ਆ ਰਹੇ ਨੇ। ਆਪਣਾ ਫਰਜ਼ ਬਣਦਾ ਇਹੋ ਜਿਹੇ ਨੇਤਾ ਨੂੰ ਆਪਾਂ ਸਦਨ ਦੇ ਵਿੱਚ ਭੇਜੀਏ, ਆਪਣੀ ਆਵਾਜ਼ ਬਣੇ, ਗਰੀਬਾਂ ਦੀ ਆਵਾਜ਼ ਬਣੇ, ਤਾਂ ਜੋ ਆਪਣੇ ਹੱਕਾਂ ਦੀ ਲੜਾਈ ਲੜ ਸਕਣ। ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਇੱਕ ਗੱਲ ਇੱਕ ਹੋਰ ਕਹਾਂਗਾ ਕਿ ਜਿਹੜੀ ਲੋਕਲ ਆ ਪੰਜਾਬ ਦਾ, ਬਹੁਤ ਬਹੁਤ ਸਵਾਗਤ ਕਰਦਾ ਮੈਂ ਕਿ ਸਾਡੇ ਵਿੱਚ ਹੁਸ਼ਿਆਰਪੁਰ ਕਾਂਗਰਸ ਪਾਰਟੀ ਦੇ ਮੈਡਮ ਜਾਮਨੀ ਗਰੋਵਰ ਜੀ ਆਏ ਆ, ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਉਹਦੇ ਨਾਲ ਸਾਡੇ ਪਰਮਨ ਪਿਆਰੇ ਨੇਤਾ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਜੀ ਆਏ ਹਨ, ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਉਹ ਮੀਨਾ ਜੀ ਸਾਡੇ ਰਾਜਸਥਾਨ ਤੋਂ ਆਏ ਆ, ਬੰਟੀ ਵਾਲੀਆ ਜੀ ਸਾਡੇ ਪ੍ਰਧਾਨ, ਨੇਤਾ ਜੀ ਸਾਡੇ ਪ੍ਰਧਾਨ, ਨਰੇਸ਼ ਭਾਰਦਵਾਜ ਜੀ
ਅਮਰਜੀਤ ਮਿੱਤਲ ਜੀ, ਗੁਰਬਾਣੀ ਸਾਹਿਬ, ਮੈਡਮ ਜਗਜੀਵਨ ਸੰਜੀਵਨ ਲਤਾ ਜੀ, ਮੈਡਮ ਸ਼ੰਮੀ ਜੀ, ਮੈਡਮ ਮਨਾਕਸ਼ੀ ਜੀ, ਜਗਜੀਵਨ ਕਲਵਾਣੀ ਸਾਡੇ ਵਾਈਸ ਚੇਅਰਮੈਨ ਸੰਜੀਵ ਬੁੱਗਾ ਜੀ, ਬਾਕੀ ਸਾਰੇ ਯਾਰ ਮੈਨੂੰ ਮਾਫ਼ ਕਰਿਓ ਕਿਉਂਕਿ ਮੈਂ ਜੇ ਨਾ ਲਿਆ ਤਾਂ ਫਿਰ ਮੈਂ ਔਖਾ ਹੋ ਜਾਣਾ। ਸਾਡੇ ਜਿਹੜੇ ਮੁਹੱਲੇ ਦੇ ਸਾਰੇ ਮੇਰੇ ਚਾਚਾ ਜੀ ਜੋਗਾ ਜੀ, ਬਿਲਗਾ ਸਾਹਿਬ ਖੜੇ ਆ, ਡਿੱਪੀ ਭਾਜੀ ਖੜੇ ਆ, ਨੀਟੂ ਜੀ ਖੜੇ ਆ, ਬਿੱਕਾ ਭਾਜੀ ਖੜੇ ਆ, ਸਾਰੇ ਹੈ ਨਾ, ਬਿੱਟੂ ਭਾਜੀ, ਰਾਜੂ ਜੀ, ਸਾਰੇ ਹੀ ਮੇਰੇ ਸਤਿਕਾਰ ਜੋ ਵਧੀਆ, ਮਾਤਾਵਾਂ ਬੀਮਾ ਜੀ, ਮੇਰੀ ਮਾਤਾ ਪਿੱਛੇ ਬੈਠੇ ਆ, ਕਮਲ ਭਾਬੀ ਜੀ, ਸਾਰੇ ਸਾਰੇ ਹੀ ਮੇਰਾ ਰਾਣਾ ਜੀ, ਸਾਰੇ ਮੇਰਾ ਸਵਾਗਤ ਕਰਦਾ, ਮੇਰਾ ਮੈਡਮ ਦਾ ਸਵਾਗਤ ਕਰਦਾ। ਵੋਟ ਆਪਾਂ ਆ ਗਏ, ਹੁਣ ਦੇਖੋ ਸਾਡੇ ਐਮ ਐਲ ਏ ਸਾਹਿਬ ਆ, ਆਪਾਂ ਵੋਟਾਂ ਕਿਉਂ ਮੰਗ ਰਹੇ ਹਾਂ ਤੁਹਾਡੇ ਕੋਲ, ਤੁਸੀਂ ਇਹ ਦੱਸਣਾ ਐਮ ਐਲ ਏ ਸਾਹਿਬ ਨੇ ਤੁਹਾਡੇ ਲਈ ਕੰਮ ਕੀਤਾ ਜਾਂ ਨਹੀਂ ਕੀਤਾ, ਹੱਥ ਖੜੇ ਕਰਕੇ ਦੱਸੋ, ਕੀਤਾ ਜੋ ਤੁਸੀਂ ਮੰਗਿਆ ਉਹ ਕੀ ਦਿੱਤਾ ਉਹਨਾਂ ਨੇ। ਜਦੋਂ ਦੇਖੋ ਦੁੱਖ ਵੇਲੇ ਜਿਹੜਾ ਬੰਦਾ ਸਾਥ ਦਿੰਦਾ ਨਾ, ਸਾਨੂੰ ਉਹ ਗਰੀਬ ਰਲਾ ਨਹੀਂ ਚਾਹੀਦਾ। ਜਦੋਂ ਕੋਰੋਨਾ ਸੀਗੀ ਹੋਈ ਨਾਮਰਾਦ ਬਿਮਾਰੀ, ਉਦੋਂ ਐਮ ਐਲ ਏ ਸਾਹਿਬ ਨੇ ਨਰੇਸ਼ ਜੀ, ਬਰਮਾਨੀ ਜੀ, ਅਸੀਂ ਸਾਰੀ ਟੀਮ ਜਿੰਨੇ ਵੀ ਸੋਨ ਜੀ, ਸਾਰੇ ਬੈਠੇ ਆ ਅੰਕਲ, ਸਾਰੇ ਕਸਤੂਰੀ ਲਾਲ ਜੀ ਬੈਠੇ, ਸਾਡੇ ਇੰਗਲੈਂਡ ਤੋਂ ਅੰਕਲ ਆਏ ਹੋਏ ਆ, ਲਾਲੀ ਜੀ ਆ, ਸਾਰੇ ਲੱਭਾ ਜੀ ਆ, ਕਮਲ ਜੀ, ਸੁਖਦੇਵ ਜੀ, ਸਾਰੇ ਨਾ, ਅਸੀਂ ਉਦੋਂ ਇਹਨਾਂ ਨੇ ਘਰ ਘਰ ਜਾ ਕੇ ਕੰਮ ਕੀਤਾ। ਜਿਹੜੇ ਵੀ ਬਿਮਾਰ ਸੀਗੇ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਾਈਆਂ, ਜਿਹੜਾ ਲੋਕਾਂ ਨੂੰ ਰਾਸ਼ਨ ਦੀ ਲੱਗਦੀ ਸੀ ਵੀ ਕਿਲਤ ਆ, ਹਨਾ ਵੀ ਉਹਨਾਂ, ਕਿਉਂਕਿ ਹਰ ਬੰਦੇ ਨੇ ਰੋਟੀ ਖਾਣੀ ਆ, ਉਸ ਟਾਈਮ ਇਹਨਾਂ ਨੇ ਨੀਲੇ ਕਾਰਡ ਜਿਹੜੇ ਬਣਾਏ ਸੀ ਤੁਹਾਡੇ, ਉਹ ਕਾਰਡ ਬਣਾਏ ਸੀਗੇ, ਸਾਨੂੰ ਗੌਰਮੈਂਟ 25,000 ਦੀ ਗੱਲ ਦਿੰਦੀ ਸੀਗੀ, 25,000, ਪਰ ਇਹਨਾਂ ਨੂੰ ਬਣਾਉਣ, ਕਿਉਂਕਿ ਆਈ ਐਸ ਰਿਟਾਇਰ ਹੋਏ ਆ, ਇਹਨਾਂ ਨੂੰ ਪਤਾ ਸੀ ਵੀ ਕਿੱਦਾਂ ਸਰਕਾਰ ਦੇ ਘਰ ਤੋਂ ਸਮਾਨ ਲੈ ਕੇ ਆਉਣਾ, ਇਹਨਾਂ ਨੇ ਮੀਲੇ ਵੀ ਫੈਸਲੇ ਲਿਆ, ਕਾਰਡ ਐਕਸਟਰਾ ਹੋਇਆ ਸਾਡਾ ਗੁਰਦੁਆਰੇ ਦਾ, ਪੂਰੇ 35,000, ਪੂਰੇ 35,000 ਕਾਰਡ ਬਣਾਇਆ ਇਹਨਾਂ ਨੇ, ਹੁਣ ਜਿਹੜੀ ਸਰਕਾਰ ਉਹਨੇ ਕਰ ਦਿੱਤਾ ਜੇ ਬਣੀ ਸੀ, ਪਰ ਅਸੀਂ ਫੇਰ ਨੀ ਕਰਨ ਦਿੰਦੇ, ਤੁਸੀਂ 1 ਤਰੀਕ ਨੂੰ ਪਹਿਲਾਂ ਨੂੰ ਵੋਟਾਂ ਪਾਓ, 4 ਤਰੀਕ ਨੂੰ ਸਰਕਾਰ ਭਾਰਤ ਵਿੱਚ ਕਾਂਗਰਸ ਦੀ ਬਣਨ ਜਾ ਰਹੀ ਆ, ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ, ਇਹ ਅਟਲ ਵਾ ਉਹ ਬਣਨ ਜਾ ਰਿਹਾ ਤੁਹਾਡੀ ਬਦੌਲਤ, ਕਿਉਂਕਿ ਤੁਸੀਂ ਲੋਕਾਂ ਨੇ ਇਹਨਾਂ ਨੂੰ ਵੀ ਜਿਤਾ ਕੇ ਭੇਜਿਆ, ਇਹਦੀ ਮੈਡਮ ਨੂੰ ਜਿਤਾ ਕੇ ਭੇਜਣਾ, ਜਿੱਦਾਂ ਸਾਡੇ ਵਾਰ ਤੋਂ ਪਹਿਲਾਂ ਲੀਡ ਆਈ ਸੀ, ਉਦਾਂ ਹੀ ਲੀਡ ਹੋਣ ਵੀ ਚਾਹੀਦੀ ਆ, ਕਿਉਂਕਿ ਮੈਡਮ ਇੱਕ ਮਿਡਲ ਕਲਾਸ ਫੈਮਿਲੀ ਚੋਂ ਆ, ਕੋਈ ਇਹਨਾਂ ਪਿੱਛੇ ਬੈਕਗਰਾਉਂਡ ਜਿਹੜੀ ਆ, ਕੋਈ ਇਹ ਨੀ ਹੈ ਕਿ ਇਹਨਾਂ ਦੇ ਡੈਡੀ ਜਾਂ ਦਾਦਾ CM ਸੀ ਜਾਂ ਮੰਤਰੀ ਸੀ, ਕੋਈ ਵੀ ਪੋਲੀਟੀਕਲ ਪਾਰਟੀ ਚ ਨਹੀਂ ਸੀ ਇਹਨਾਂ ਦੇ, ਇੱਕ ਸੇਵਾ ਕਰਦੇ ਪਏ ਆ, ਔਰ ਨਾ ਹੀ ਇਹਨਾਂ ਕੋਲ ਇਹਨਾਂ ਦੇ ਆਪੇ ਜਾਣ ਲਾਉਣ, ਇਹਨਾਂ ਨੇ ਜੋ ਸੇਵਾ ਜੋ ਤੁਸੀਂ ਕਰ ਰਹੇ ਹੋ ਤੁਹਾਡੀ ਬਦੌਲਤ ਹੈ ਵਰਕਰਾਂ ਦੀ, ਕਿਉਂਕਿ ਇੱਕ ਸੱਚਾ ਸਾਨੂੰ ਇਨਸਾਨ ਮਿਲਣਾ, ਮੰਤਰੀ ਦੀ ਘਰਵਾਲੀ ਹੈ ਤਾਂ ਲੀਡਰ ਬਣਦੇ ਦੇਖੀਗਾ ਸਾਰਿਆਂ ਨੇ, ਤੁਸੀਂ ਵੀ ਦੇਖਿਆ, ਟੀਵੀ ਚ ਵੀ ਦੇਖਿਆ, ਪਰ ਇਹ ਇਹ ਲੀਡਰ ਆਪਾਂ ਉਹ ਬਣਾਉਣੀ ਆ ਜਿਹੜਾ ਇਹਦੇ ਘਰ ਤੋਂ ਬੈਕਗਰਾਉਂਡ ਹੈਗੇ ਵੀ ਲੀਡਰ ਵਾਲੀ, ਕੋਈ ਇਹਨੂੰ ਅਸੀਂ ਲੀਡਰ ਬਣਾਉਣਾ, ਕਿਉਂਕਿ ਸੱਚੀ ਸੁੱਚੀ ਸਾਡੀ ਇਨਸਾਨ ਹੈ ਇਹ, ਇਸ ਕਰਕੇ ਤੁਹਾਡੀ ਇੱਕ ਇੱਕ ਵੋਟ ਇਹਨਾਂ ਨੇ ਕੀਤੀ, ਆਪ ਵੀ ਪਾਣੀ ਆ, ਆਪਣੇ ਰਿਸ਼ਤੇਦਾਰ ਜਿਹੜੇ ਫਗਵਾੜੇ ਚ ਬੈਠੇ ਆ ਜਾਂ ਹੁਸ਼ਿਆਰਪੁਰ, ਕਿਸੇ ਵੀ ਹੁਸ਼ਿਆਰਪੁਰ ਬੈਠੇ ਆ, ਦਸੂਹੇ ਬੈਠੇ, ਤਾਂਡੇ ਬੈਠੇ, ਮੁਕੇਰੀਆ ਬੈਠੇ, ਜਾਂ ਸ਼ਾਮ ਚਰਸੀ ਬੈਠੇ, ਚੱਬੇਵਾਲ ਬੈਠੇ, ਹਰਗੋਬਿੰਦਗੜ੍ਹ ਬੈਠੇ ਆ, ਜਾਂ ਭਰਾਚ ਬੈਠੇ ਆ, ਉਹਨਾਂ ਨੂੰ ਵੀ ਤੁਸੀਂ ਕਰਨਾ ਇੱਕ ਵਾਰ ਵੋਟ ਦਿਓ। ਅਸੀਂ ਦੇਖੋ ਤੁਹਾਡੇ ਲਈ 5 ਸਾਲ ਕੰਮ ਕਰਦੇ ਹਾਂ, ਅਸੀਂ 5 ਸਾਲ ਕੰਮ ਕਰਦੇ ਹਾਂ ਤੁਹਾਡੇ ਲਈ, ਕਿਉਂਕਿ ਤੁਸੀਂ ਮੇਰਾ ਪਰਿਵਾਰ ਆ, ਬਾਹਰ ਵੀ ਤੁਸੀਂ ਕਿਸ ਪਾਰਟੀ ਨੂੰ ਬਿਲੋਂਗ ਕਰਦੇ ਆ, ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ, ਔਰ 5 ਸਾਲ ਸਿਰਫ ਤੁਹਾਡੇ ਕੋਲ ਸੀ, ਤੁਸੀਂ 5 ਸਾਲ ਅਸੀਂ ਕੰਮ ਕਰ ਰਹੇ ਤੁਹਾਡੇ ਲਈ, ਦਿਨ ਖੜੇ ਰਾਤ ਖੜੇ ਆ, ਪਰ ਅਸੀਂ ਵੀ ਤੁਹਾਡੇ ਕੋਲ 3 ਇਲੈਕਸ਼ਨ ਚ ਆਪਣੇ ਲਈ ਸਮਰਥਨ ਮੰਗਣਾ, ਪਹਿਲਾ ਇਲੈਕਸ਼ਨ MC ਦਾ, ਦੂਜਾ MLA ਦਾ, ਤੀਜਾ MP ਦਾ,
ਕਿਵੇਂ ਤੁਸੀਂ ਇਲੈਕਸ਼ਨ ਸਾਨੂੰ ਜਿਤਾ ਕੇ ਭੇਜ ਰਹੇ ਹੋ? ਪਹਿਲਾਂ ਐਮ ਐਲ ਏ ਦਾ ਜਿਤਾਤਾ, ਹੁਣ ਐਮ ਪੀ ਜਿਤਾਂਗੇ, ਫਿਰ ਐਮ ਸੀ ਆਪਾਂ ਬਣਾ, ਐਮ ਸੀ ਤੁਸੀਂ ਬਣਾ ਲਾ, ਕੰਮ ਮੈਂ ਕਰੂੰਗਾ, ਮੇਰੇ ਤੋਂ ਕੋਈ ਸਾਰਾ ਕੁਝ ਨਿਰਪੱਖ ਆ, ਮੈਂ ਕਿਸੇ ਦੇ ਨਹੀਂ ਨਾਂ ਲਈ ਭੇਦਭਾਵ ਕਰਦਾ, ਕਿਉਂਕਿ ਮੇਰੇ ਲਈ ਪਹਿਲਾਂ ਤੁਸੀਂ ਆ ਫਿਰ ਬਾਕੀ ਪਾਰਟੀਆਂ। ਮੇਰੇ ਕੋਲ ਕੋਈ ਬੀਜੇਪੀ ਵਾਲਾ ਆ ਜਾਂਦਾ, ਮੈਂ ਕਦੀ ਨਾਂ ਨਹੀਂ ਕੀਤੀ। ਮੇਰੇ ਕੋਲ ਕਾਂਗਰਸ ਵਾਲਾ ਆ ਜਾਂਦਾ, ਮੈਂ ਕਦੀ ਨਾਂ ਨਹੀਂ ਕੀਤੀ। ਮੇਰੇ ਕੋਲ ਕੋਈ ਬੀਐਸਪੀ ਆ ਜਾਂਦਾ, ਮੈਂ ਨਾਂ ਨਹੀਂ ਕੀਤੀ। ਮੇਰੇ ਕੋਲ ਕੋਈ ਅਕਾਲੀ ਦਲ ਆ ਜਾਂਦਾ, ਮੈਂ ਕਦੀ ਨਾਂ, ਕਿਉਂਕਿ ਤੁਸੀਂ ਮੇਰਾ ਪਰਿਵਾਰ ਆ, ਤੁਸੀਂ ਮੇਰੀਆਂ ਬਾਹਾਂ ਵਾ, ਤੁਸੀਂ ਮੇਰਾ ਕਾਲ ਲੱਕ ਸਾਰਾ ਕੁਛ ਤੁਸੀਂ ਹੋ। ਤੁਹਾਡੀਆਂ ਵੋਟਾਂ ਆ ਰਹੀ ਅਸੀਂ ਜਿੱਤਣਾ, ਔਰ ਤੁਹਾਡੀਆਂ ਵੋਟਾਂ ਆ ਰਹੀ ਮੈਡਮ ਨੂੰ ਜਿਤਾ ਕੇ ਭੇਜਣਾ ਮੈਂ, ਕਿਉਂਕਿ ਪਿੱਛੋਂ ਵੀ ਮੇਰੀਆਂ ਬਾਹਾਂ ਖਿੱਚਦੇ ਪਏ ਨਾ ਗੁੱਗੇ ਭਾਜੀ, ਤੇ ਇਸ ਕਰਕੇ, ਕਿਉਂਕਿ ਮੈਡਮ ਨੇ ਜਲੰਧਰ ਹੁਸ਼ਿਆਰਪੁਰ ਜਾਣਾ, ਉੱਥੇ ਪ੍ਰੋਗਰਾਮ ਉਹਨਾਂ ਦੇ, ਤੇ ਇਸ ਕਰਕੇ ਮੈਂ ਹੁਣ ਆਪਣਾ ਸਾਰਿਆਂ ਦਾ ਤੁਹਾਡਿਆਂ ਦਾ ਧੰਨਵਾਦ ਕਰਦਾ। ਹੁਣ ਮੈਂ ਬੀਨਾ ਭੈਣ ਜੀ ਨੂੰ ਕਹਿੰਦਾ, ਤੁਸੀਂ ਆਓ ਮਾੜਾ ਜਿਹਾ, ਬੀਨਾ ਭੈਣ ਜੀ ਆਓ, ਰਾਧਾ ਭੈਣ ਜੀ ਤੁਸੀਂ ਵੀ ਆਓ, ਆਂਟੀ ਆ ਜਾਓ, ਆਉਣਾ ਪੈਣਾ, ਵਿਜੇ ਆਂਟੀ ਤੁਸੀਂ ਵੀ ਆਓ, ਚੰਦਰ ਆਂਟੀ ਤੁਸੀਂ ਵੀ ਆਓ।